ਹਾਂਜੀ ਤੁਹਾਡਾ ਬਾਬਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਚ ਆਪਾਂ ਤਿੰਨ ਟਾਪਿਕ ਤੇ ਗੱਲ ਕਰਾਂਗੇ ਫਰਸਟ ਟਾਪਿਕ ਹੋਊਗਾ ਸਾਡਾ ਕਿ ਹੁਣ ਆਉਣ ਵਾਲੇ ਮਹੀਨੇ ਦੇ ਵਿੱਚ ਸਤੰਬਰ ਦੇ ਵਿੱਚ ਆਪਾਂ ਨੂੰ ਕੈਨੇਡਾ ਵੱਲੋਂ ਕੀ ਪੋਜ਼ਿਟਿਵ 네ਗਟਿਵ ਰਿਸਪੌਂਸ ਆਇੜੇ ਦੇਖਣ ਨੂੰ ਮਿਲ ਸਕਦਾ ਹੈ ਕਿਹੜੀਆਂ ਕਿਡੀਆਂ ਲਈ ਅਨਾਉਂਸਮੈਂਟਸ ਨਹੀਂ ਜਿਹੜੀਆਂ ਉੱਥੇ ਹੋ ਸਕਦੀਆਂ ਨੇ ਗਿਆ ਤੇ ਸੈਕੰਡ ਟਾਪਿਕ ਤੇ ਗੱਲ ਕਰਾਂਗੇ ਸਪਾਊਸ ਓਪਨ ਪਰਮਿਟ ਦੀ ਆਪਾਂ ਜੋ ਕੋਲ ਰੱਖਿਆ ਸੀ ਜਿਸ ਵਿੱਚ ਵੇਟਿੰਗ ਕਿੰਨੇ ਕਰ ਰਹੇ ਨੇ ਕਿੰਨੇ ਕੈਨੇਡੀਅਨ ਵੀਜ਼ਾ ਮਿਲ ਚੁੱਕਿਆ ਕਿੰਨੇ ਆਣੇ ਹਲੇ ਵੀ ਜੋ ਆਪਣੇ ਰਿਜ਼ਲਟ ਦੀ ਵੇਟ ਕਰ ਰਹੇ ਨੇ ਤਾਂ ਕੈਨੇਡਾ ਨੇ ਟਵੀਟ ਕੀਤਾ ਸੀਗਾ ਲਾਸਟ ਟਵੀਟ ਉਹਦੇ ਵਿੱਚ ਕਿਸ ਮਾਂਥ ਦੇ ਉਹਨਾਂ ਨੇ ਰਿਜ਼ਲਟ ਦੱਸੀ ਸੀ ਕਿਸ ਮਾਂਥ ਦੇ ਰਿਜ਼ਲਟ ਆਉਣਗੇ ਤੇ ਉਸੇ ਹਿਸਾਬ ਨਾਲ ਰਿਜ਼ਲਟ ਆਏ ਨੇ ਜਾਂ ਨਹੀਂ ਆਏ ਹੈਗੇ ਤੇ ਇੱਕ ਦੋ ਨਿਊਜ਼ ਨੇ ਜਿਹੜੀਆਂ ਇਧਰ ਉਧਰ ਦੀਆਂ ਸਾਨੂੰ ਜਿਹੜੀਆਂ ਮੈਂ ਪ੍ਰੋਵਾਈਡ ਕਰੂੰਗਾ ਦੂਸਰੀ ਕੰਟਰੀਜ਼ ਦੀਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੂੜ ਦੇਖਿਓ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਗੀ ਤਾਂ ਵੀਡੀਓ ਨੂੰ ਆਪਾਂ ਹੁਣ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਜੇਕਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਮੈਂ ਅੱਜ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਹੂਗਾ ਤੇ じゃ ਕਮੈਂਟ ਸੈਕਸ਼ਨ ਦੇ ਵਿੱਚ ਵੀ ਇੱਕ ਲਿੰਕ ਹੂਗਾ ਉਹਦੇ ਤੇ ਕਲਿੱਕ ਕਰਕੇ ਤੁਸੀਂ ਆਪਣਾ ਕੁਐਸਚਨ ਟਾਈਪ ਟਾਈਪ ਕਰਿਓ ਕਿਉਂਕਿ ਮੈਂ ਹੁਣ ਕਮੈਂਟਸ ਦੇ ਵਿੱਚ ਜਿਹੜਾ ਕੁਐਸਚਨ ਆ ਉਹ ਪਿਕ ਨਹੀਂ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਆਪਣੀ ਟੌਪਿਕ ਦੇ ਚੱਲਦੇ ਆਂਗੇ ਕਿ ਆਪਾਂ ਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਕੀ ਕੁਝ ਹੈ ਜਿਹੜਾ ਕੈਨੇਡਾ ਵੱਲੋਂ ਦੇਖਣ ਨੂੰ ਮਿਲ ਸਕਦਾ ਹੈ ਆਪਾਂ ਨੂੰ ਨੈਕਸਟ ਮੰਥ ਜਿਹੜੀ ਇੱਕ ਗੁੱਡ ਨਿਊਜ਼ ਦੇਖਣ ਨੂੰ ਮਿਲ ਸਕਦੀ ਹੈ ਜਿਨ੍ਹਾਂ ਦੀ ਵੈਕਸੀਨ ਦੀਆਂ ਦੋਨੋਂ ਡੋਜ਼ ਜਿਹੜੀਆਂ ਲੱਗ ਚੁੱਕੀਆਂ ਨੇਗੀਆਂ ਕਿਉਂਕਿ 7 ਸਤੰਬਰ ਤੋਂ ਜਿਹੜਾ ਆਪਣਾ ਟਰੈਵਲ ਹੈ ਜਿਹੜਾ ਓਪਨ ਹੋਣ ਵਾਲਾ ਹੈਗਾ ਤੇ ਗੁੱਡ ਤੇ ਪੋਜ਼ਿਟਿਵ ਰਿਸਪੌਂਸ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹਮਾਰੇ ਕੋਵਿਡ ਦੇ ਨੰਬਰ ਵੀ ਜਿਹੜੇ ਤਾਂ ਭਾਈ ਜੀ ਸਮਝ ਸਕਦੇ ਆ ਕਿ ਆਨਰਲ ਟਾਈਮ ਦੇ ਵਿੱਚ 90% ਚਾਂਸਸ ਹੈਗੇ ਨੇ ਕਿ 7 ਸਤੰਬਰ ਤੋਂ ਜਿਹੜਾ ਉਹ ਟ੍ਰੈਵਲ ਹੈ ਜਿਹੜਾ ਓਪਨ ਕਰ ਸਕਦੇ ਨੇ ਨੋਨੈਸੈਂਸ਼ੀਅਲ ਜਿਨ੍ਹਾਂ ਦੇ ਵੈਕਸੀਨ ਦੇ ਦੋਨੋਂ ਡੋਜ਼ੇ ਲੱਗ ਚੁੱਕੇ ਨੇ ਕਿਉਂਕਿ ਜੇਕਰ ਆਪਾਂ ਦੇਖੀਏ ਤਾਂ ਯੂਐਸਏ ਦੇ ਵਿੱਚ ਤਕਰੀਬਨ ਤਕਰੀਬਨ 1 ਲੱਖ ਦੇ ਲਗਭਗ ਜਿਹੜੇ ਕੇਸ ਆ ਰਹੇ ਨੇਗੇ ਤੇ ਇੰਡੀਆ ਦੇ ਵਿੱਚ ਜਿਹੜੇ 40 ਹਜ਼ਾਰ ਤੇ 45 ਹਜ਼ਾਰ ਦੇ ਜਿਹੜੇ ਕੇਸਿਸ ਆ ਰਹੇ ਨੇਗੇ ਤਾਂ ਉਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਹੁਤ ਘੱਟ ਜਿਹੜੇ ਕੇਸ ਆ ਰਹੇ ਨੇ ਜਿਸ ਦੇ ਨਾਲ ਆਪਾਂ ਨੂੰ ਫੁੱਲ ਫੁੱਲ ਚਾਂਸਸ ਹੈ ਗਿਆ ਕਿ ਉਹ ਜਿਹੜਾ ਆਪਣੇ ਲਈ ਟਰੈਵਲ ਐਡ ਓਪਨ ਕਰ ਦੇਣਗੇ ਕਿਉਂਕਿ ਜੋ 에어 ਕੈਨੇਡਾ ਦੀਆਂ ਜੋ ਫਲਾਈਟਸ ਨੇ ਕੁਝ ਕੰਟਰੀਜ਼ ਤੋਂ ਉਹਨਾਂ ਨੇ ਜਿਹੜੀਆਂ ਬੁਕਿੰਗਸ ਲੈਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਜਿਸ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ ਕੀ 90% ਚਾਂਸ ਹੋ ਜਾਇਆ ਕਿ ਉਹ ਆਪਣੇ ਲਈ ਜਿਹੜਾ ਟਰੈਵਲ ਓਪਨ ਕਰ ਦੇਣਗੇ ਜਿੰਨਾਂ ਦੇ ਵੈਕਸੀਨ ਲੱਗੀ ਹੋਈ ਆ ਤਾਂ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਵੀ ਵੈਕਸੀਨ ਲਗਵਾ ਲਓ ਤੇ ਬਹੁਤ ਪੋਜ਼ਿਟਿਵ ਜਿਹੜਾ ਰਿਸਪਾਂਸ ਆਪ ਨੂੰ ਅਗਿਆਨ ਵਾਲੇ ਟਾਈਮ ਤੇ ਦੇਖਣ ਨੂੰ ਮਿਲ ਸਕਦਾ ਤੇ ਸੈਕਿੰਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੂਗਾ 20 ਸਤੰਬਰ ਨੂੰ ਜਿਹੜੀਆਂ ਕੈਨੇਡਾ ਦੇ ਵਿੱਚ ਬੋਟ ਸੋਣੀਆਂ ਆਣਗੀਆਂ ਉਸ ਦੇ ਵਿੱਚ ਕਿਹੜੀ ਸਰਕਾਰ ਜਿਹੜੀ ਜਿੱਤਦੀ ਆਪਾਂ ਨੂੰ ਦਿਖ ਰਹੀ ਹੈਗੀ ਉਹਦੇ ਬਾਰੇ ਸੋਡਾਂ ਗੱਲ ਕਰੂੰਗਾ ਜੋ ਕਿ ਸਭ ਤੋਂ ਪਹਿਲਾਂ ਚੱਲ ਰਿਹਾ ਸੀਗਾ ਪਹਿਲਾਂ ਜਸਟਨ ਟਰੂਡੋ ਦੀ ਜਿਹੜੀ ਗਵਰਨਮੈਂਟ ਸੀ ਲਿਬਰਲਸ ਜਿਹੜੀ ਉਹ ਬੇਲੇ ਜਿਹੜੀ ਗਵਰਨਮੈਂਟ ਹੈ ਜਿਹੜੀ ਆਪਾਂ ਹਰਮੇਸ਼ਾ ਤੋਂ ਚਾਹੁੰਦੇ ਆਗੇ ਉਹ ਜਸਟਨ ਟਰੂਡੋ ਦੀ ਗਵਰਨਮੈਂਟ ਹੈ ਕਿ ਲਿਬਰਲਸ ਜਿਹੜੇ ਉਹ ਵਾਪਸ ਆ ਜਾਣ ਤੇ ਜਿਸ ਤੋਂ ਬਾਅਦ ਸਾਡੀ ਇਮੀਗ੍ਰੇਸ਼ਨ ਲਈ ਸਾਰੇ ਪਰਪਸ ਨੇ ਉਹ ਸਹੀ ਹੋ ਜਾਣਾ ਤੇ ਜਿਹੜੀ ਕਨਸਰਵੇਟਿਵ ਗਵਰਨਮੈਂਟ ਹੈ ਉਹ ਮੰਨੀ ਜਾ ਰਹੀ ਹੈ ਕਿ ਜੋ ਇਮੀਗ੍ਰੇਸ਼ਨ ਦੇ ਵਿੱਚ ਰੂਲਸ ਨੇ ਉਹ ਚੇਂਜ ਕਰ ਸਕਦੀ ਹੈ ਜਾਂ ਫਿਰ ਉਹ ਸਾਡੇ ਲਈ ਜਿਹੜੇ ਅੱਗੇ ਜਾ ਕੇ ਟਫ ਜਿਹੜੀ ਸਿਚੁਏਸ਼ਨ ਆ ਜਿਵੇਂ ਸਿਟੀਨਸ਼ਿਪ ਵਗੈਰਾ ਚ ਪੀਆਰ ਵਗੈਰਾ ਸਾਡੇ ਲਈ ਪ੍ਰੋਬਲਮ ਹੈ ਜਿਹੜੀ ਫੇਸ ਕਰਨੀ ਪੈ ਸਕਦੇ ਜੇਕਰ ਉਹ ਗਵਰਨਮੈਂਟ ਆਉਂਦੀ ਹੈ ਤੇ ਐਨਡੀਪੀ 3rd ਨੰਬਰ ਦੇ ਉ ਵੀਡੀਓ ਲੈ ਕੇ ਆਵਾਂ ਕਿ ਲਿਬਰਲਸ ਹੋ ਗਏ ਕਨਜ਼ਰਵੇਟਿਵਸ ਹੋ ਗਏ ਐਨਡੀਪੀ ਹੋ ਗਏ ਵੀ ਇਹਨਾਂ ਦੇ ਕੀ ਅੱਗੇ ਜਾ ਕੇ ਪਲਾਨਸ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਹਨ ਕੀ ਇਮੀਗ੍ਰੇਸ਼ਨ ਲੈ ਕੇ ਕੀ ਇਹ ਚੇਂਜਸ ਕਰਨ ਲਈ ਹੁੰਦੇ ਟਾਈਮ ਤੇ ਵਾਅਦੇ ਕਰ ਰਹੇ ਨੇਗੇ ਤਾਂ ਉਹਦੇ ਉੱਤੇ ਮੈਂ ਪ੍ਰੋਪਰ ਵੀਡੀਓ ਬਣਾਉਂਗਾ ਜੇ ਤੁਸੀਂ ਚਾਹੁੰਦੇ ਹੋ ਤਾਂ ਕਮੈਂਟ ਦੇ ਵਿੱਚ ਜਿਹੜਾ ਜੈਸਾ ਹੋ ਤੁਸੀਂ ਕਰ ਸਕਦੇ ਹੋ ਤੇ ਥਰਡ ਆਪਾਂ ਨੂੰ ਦੇਖਣ ਨੂੰ ਮਿਲਣਾਗਾ ਕਿ ਜੋ ਕੈਨੇਡਾ ਦੀਆਂ ਫਲਾਈਟਸ ਨੇ ਉਹਦੇ ਉੱਤੇ ਕੁਝ ਖਾਸ ਅਪਡੇਟ ਆਪਾਂ ਨੂੰ ਦੇਖਣ ਨੂੰ ਮਿਲੂਗਾ ਦੇਖੋ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਫਲਾਈਟਸ ਨੇ ਜਿਹੜੀ ਉਹ ਡੈਫੀਨਿਟਲੀ ਜਿਹੜੀਆਂ ਆਪਣੇ ਲਈ ਚੱਲੀ ਪੈਣੀਆਂ 100% ਸ਼ੋਰ ਨਹੀਂ ਹੋ ਸਕਦੀ ਕਿਉਂਕਿ ਜੋ ਲਾਸਟ ਮੰਥ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਸੀ ਉਸ ਦੇ ਹਿਸਾਬ ਨਾਲ ਤਾਂ ਉਹਨਾਂ ਨੂੰ ਜਿਹੜੀ ਲਾਸਟ ਮੰਥ ਦੇ ਵਿੱਚ ਜਿਹੜੀਆਂ ਆਪਣੀਆਂ ਫਲਾਈਟਸ ਨੇ ਜੀਆਂ ਓਪਨ ਕਰਨੀਆਂ ਚਾਹੀਦੀਆਂ ਸੀਗੀਆਂ ਬਸ ਇਸ ਵਾਰ ਆਪਾਂ ਕਹਿ ਸਕਦੇ ਹਾਂ ਕੁਝ ਪ੍ਰੈਸ਼ਰ ਆ ਕੁਝ ਇੰਡੀਅਨ ਗਵਰਨਮੈਂਟ ਨੇ ਕੋਈ ਲੈਟਰ ਲਿਖਿਆ ਜੋ ਕੈਨੇਡਾ ਗਵਰਨਮੈਂਟ ਨੂੰ ਕਿ ਆਪਾਂ ਨੂੰ ਫਲਾਈਟਸ ਨੇ ਨਹੀਂ ਰੀਜ਼ਿਊਮ ਕਰਨੀਆਂ ਚਾਹੀਦੀਆਂ ਨੇ ਤੇ ਕੋਵਿਡ ਦੀ ਸਿਚੁਏਸ਼ਨ ਜੇਕਰ ਐਵੇਂ ਹੀ ਰਹਿੰਦੀ ਹੈ proper normal ਰਹਿੰਦੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ 60 ਤੋਂ 70% ਚਾਂਸਸ ਹੈਗਾ ਕਿ ਫਲਾਈਟਸ ਨੇ ਜਿਹੜੀਆਂ ਓਪਨ ਹੋ ਸਕਦੀਆਂ ਨੇਗੀਆਂ ਕਿਉਂਕਿ ਇਲੈਕਸ਼ਨ ਕਰਕੇ ਹੋ ਸਕਦਾ ਕੋਈ ਆਪਾਂ ਨੂੰ ਥੋੜੀ ਬਹੁਤ ਪ੍ਰੋਬਲਮ ਹੈ ਜਿਹੜੀ ਉਹਦੇ ਵਿੱਚ ਆ ਜੇਵੇ ਨਹੀਂ ਮੇਰੇ ਹਿਸਾਬ ਨਾਲ ਕੋਈ ਐਹ ਜੀ ਪ੍ਰੋਬਲਮ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਣ ਦੇ ਸਕਦੇ ਤਾਂ ਇਹ ਵੀ ਇੱਕ ਪੋਜ਼ਿਟਿਵ ਸ਼ਾਇਦ ਆਪਾਂ ਨੂੰ ਦੇਖਣ ਨੂੰ ਮਿਲੇ ਕਿ ਅਨਲ ਟਾਈਮ ਦੇ ਵਿੱਚ ਆਪਣੀਆਂ ਜਿਹੜੀਆਂ ਫਲਾਈਟਸ ਨੇ ਜਿਹੜੀਆਂ ਇੰਡੀਆ ਟੂ ਡਾਇਰੈਕਟ ਕੈਨੇਡਾ ਨੂੰ ਜਾਂਦੀਆਂ ਨੇਗੀਆਂ ਉਹ ਆਪਣੇ ਲਈ ਓਪਨ ਹੋ ਜਾਣ ਤੇ ਜੋ ਆਪਾਂ ਬਾਦੂ ਦਾ ਖਰਚਾ ਕਰ ਰਹੇ ਹਾਂ ਇਸ ਟੈਂਡ ਦੇ ਤੇ ਉਹ ਸਹੀ ਹੋ ਜੇ ਤੇ ਨੈਕਸਟ 4ਥ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਜੋ ਕਿ ਬੈਕਲੌਗ ਕਾਫੀ ਅਦਰ ਕੈਟਾਗਰੀ ਜੇ ਮੰਨ ਲਓ ਕਿ ਸਟੂਡੈਂਟਸ ਨੂੰ ਛੱਡ ਕੇ ਵੀ ਸਟੂਡੈਂਟਸ ਦਾ ਜੋ ਸਪਟੰਬਰ ਦੇ ਵਿੱਚ ਕਲਾਸਿਸ ਸ਼ੁਰੂ ਨੇ ਥੀ ਉਹਨਾਂ ਦੇ ਰਿਜ਼ਲਟ ਨੇ ਲਗਭਗ ਆਉਣੇ ਨੇ ਜਿਹੜੇ ਹੁਣ ਕਲੋਜ਼ ਹੋ ਜਾਣਗੇ ਕਿਉਂਕਿ ਆਹ 7 ਸਪਟੰਬਰ ਤੋਂ ਲਗਭਗ ਸਾਰੀਆਂ ਕਲਾਸਿਸ ਨੇ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਕਿ ਉਸ ਤੋਂ ਪਹਿਲਾਂ ਪਹਿਲਾਂ ਰਿਵਰਟ ਮਿਲਨੇ ਹੁਣ ਦੇ ਟਾਈਮ ਦੇ ਵਿੱਚ ਮੁਸ਼ਕਲ ਨੇ ਆਹੀ 7-8 ਦਿਨ ਨੇ ਜਿਹੜੇ ਰਹਿ ਚੁੱਕੇ ਨੇਗੇ ਤੇ ਇਸ ਤੋਂ ਬਾਅਦ ਪੂਰੇ ਪੂਰੇ ਚਾਂਸਸ ਹੈਗੇ ਨੇ ਕਿ ਹੁਣ ਕੈਨੇਡਾ ਗਵਰਨਮੈਂਟ ਜਿਹੜੀ ਬੈਕਲੌਗ ਵੱਲ ਧਿਆਨ ਦੇਊਗੀ ਬਟ ਕੁਝ ਕੇਸਿਸ ਦੇ ਵਿੱਚ ਜਿਹੜੇ ਆਪਾਂ MP ਇਨਕੁਆਰੀ ਵਗੈਰਾ ਕਰਾ ਰਹੇ ਹਾਂਗੇ ਉਹਦੇ ਚੀ ਚੀ ਦੇਖਣ ਨੂੰ ਮਿਲ ਰਹੀ ਹੈ ਕਿ ਥੋੜਾ ਟਾਈਮ ਆ ਜਿਹੜਾ ਐਮਬੈਸੀ ਆ ਥੋੜਾ ਜਿਆਦਾ ਸਟਾਫ ਆ ਜਿਹੜਾ ਵਰਕ ਆ ਉਹ ਅਫਗਾਨ ਅਫਗਾਨ ਦੇ ਵਿੱਚ ਆ ਜਿਹੜਾ 20000 ਜੋ ਫਗਾਨੀ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਲੈ ਕੇ ਆਉਣਾ ਉਸ ਦੇ ਉੱਤੇ ਜਿਹੜਾ ਵਰਕ ਚੱਲ ਰਿਹਾ ਹੈਗਾ ਬਟ ਉੱਥੇ ਵੀ ਥੋੜਾ ਜਿਹਾ ਬਲਾਸਟ ਵਗੈਰਾ ਹੋਏ ਨੇ ਜਿਸ ਕਰਕੇ ਹੋ ਸਕਦਾ ਹੈ ਕਿ ਇਸ ਦੇ ਵਿੱਚ ਜੁੜੀ ਰੁਕਾਵਟਾਂ ਬਾਰੇ ਤੇ ਜੋ ਉਹਨਾਂ ਦਾ ਧਿਆਨ ਹੋ ਆਪਣੀਆਂ ਫਾਈਲਾਂ ਉੱਤੇ ਜਾਵੇ ਬਟ ਆਪਾਂ ਦੇਖਦੇ ਹਾਂ ਕਿ ਅੱਗੇ ਉਹਨਾਂ ਦੇ ਟਾਈਮ ਦੇ ਵਿੱਚ ਜੋ ਇਮੀਗ੍ਰੇਸ਼ਨ ਹੈ ਆਪਣੇ ਲਈ ਕੀ ਅਪਡੇਟ ਆ ਜਿਹੜੇ ਉਹ ਦਿੰਦੀ ਹੈਗੀ ਤੇ ਆਪਣੀਆਂ ਫਾਈਲਸ ਦੇ ਉੱਤੇ ਕਿਹੜਾ ਜੋ ਵਰਕ ਆਫ ਕਰਦੀ ਹੈ ਲਗਭਗ ਪੂਰੇ ਪੂਰੇ ਚਾਂਸਸ ਨੇ ਕਿ ਸਤੰਬਰ ਦੇ ਵਿੱਚ ਆਪਣਾ ਬੈਕਲੌਗ ਹੈ ਜਿਹੜਾ ਉਹ ਕਲੀਅਰ ਹੋ ਸਕਦਾਗਾ ਜੇਕਰ ਸਤੰਬਰ ਦੇ ਵਿੱਚ ਬੈਕਲੌਗ ਹੈ ਜਿਹੜਾ ਉਹ ਨਹੀਂ ਕਲੀਅਰ ਹੁੰਦਾ ਜਾਂ ਮੰਨ ਲਓ ਕਿ ਕੁਝ ਹੱਦ ਤੱਕ ਜਿਹੜਾ ਬੈਕਲੌਗ ਹੈ ਉਹ ਕਲੀਅਰ ਹੋ ਜਾਂਦਾ ਤਾਂ ਆਪਣੇ ਲਈ ਪੋਜ਼ਿਟਿਵ ਹੈ ਬਟ ਜੇਕਰ ਕਲੀਅਰ ਨਹੀਂ ਹੁੰਦਾ ਹੈਗਾ ਤਾਂ ਆਪਾਂ ਨੂੰ ਬੋਰਡਸ ਦੇ ਵਿੱਚ ਦੇਖਣਾ ਪਊ ਕਿਹੜੀ ਗੌਰਮੈਂਟ ਜਾਂਦੀ ਹੈ ਤੇ ਉਹ ਅਗਲੇ ਉਹਨਾਂ ਦੇ ਟਾਈਮ ਦੇ ਵਿੱਚ ਕੀ ਪਲਾਨ ਹੈ ਜਿਹੜਾ ਇਸ ਦੇ ਉੱਤੇ ਲੈ ਕੇ ਆਉਂਦੀ ਹੈਗਾ ਤਾਂ ਮੈਂ ਕੋਈ ਵੀ ਅਪਡੇਟ ਆਊਗਾ ਸੋਟਾ শে ਉਹਨੂੰ ਤਾਂ ਆਪਣੇ ਕੋਲ ਰੱਖਿਆ ਜੀ ਜਿਸ ਦੇ ਵਿੱਚ 1700 ਦੇ ਤਕਰੀਬਨ ਜਿਹੜੀਆਂ ਵੋਟਸ ਆਈਆਂ ਨੇਗੀਆਂ ਤੇ ਉਸ ਦੇ ਵਿੱਚ ਆਪਾਂ ਪੁੱਛਿਆ ਸੀਗਾ ਕਿ ਤੁਸੀਂ ਜਿਹੜਾ ਤੁਹਾਨੂੰ ਵੀਜ਼ਾ ਮਿਲ ਚੁੱਕਿਆ ਹੈ ਤੇ ਸੈਕੰਡ ਆਪਸ਼ਨ ਸੀ ਕਿ ਅਸੀਂ ਸਾਨੂੰ ਜਿਹੜੀ ਰਿਫਿਊਜ਼ਲ ਆ ਮਿਲ ਚੁੱਕੀ ਹੈ ਥার্ড ਦੇ ਵਿੱਚ ਆ ਪੁੱਛਿਆ ਸੀਗੇ ਅਸੀਂ ਵੇਟ ਹੈ ਜਿਹੜਾ ਕਰ ਰਹਿਆਂਗੇ ਜੋ ਕਿ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਜਿਸ ਹਿਸਾਬ ਨਾਲ ਥੋੜੇ ਮੋਹਤ ਰਿਜ਼ਲਟ ਜਿਹੜੇ ਲਾਸਟ ਦੇ ਵਿੱਚ ਆਏ ਸੀਗੇ ਜਿਸ ਵਿੱਚ ਸਿਰਫ 9% ਕਹਿ ਰਹੇ ਨੇ ਕਿ ਸਾਨੂੰ ਜਿਹੜਾ ਵੀਜ਼ਾ ਹੋ ਮਿਲ ਚੁੱਕਿਆਗਾ ਗੌਰਡ ਰਿਫਿਊਜ਼ਲ 4% ਨੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਨੂੰ ਰਿਫਿਊਜ਼ਲ ਮਿਲ ਚੁੱਕੀ ਹੈ ਤਾਂ ਤੁਸੀਂ ਕਹਿ ਸਕਦੇ ਹੋਗੇ ਤਕਰੀਬਨ ਤਕਰੀਬਨ 13 ਤੋਂ 13% ਜਿਹੜੇ ਪੀਪਲ ਹੈਗੇ ਨੇ ਉਹਨਾਂ ਨੂੰ ਜਿਹੜਾ ਆਪਣਾ ਰਿਵਰਟ ਆ ਉਹ ਮਿਲ ਚੁੱਕਿਆ ਹੈ ਬਟ 37% ਨੇ ਜਿਹੜੇ ਹਲੇ ਵੀ ਜਿਹੜਾ ਵੇਟ ਕਰ ਰਹੇ ਨੇ ਜੋ ਕਿ ਇੱਕ ਬਹੁਤ ਸ਼ਰਮਨਾਕ ਨੰਬਰ ਆਪਾਂ ਕਹਿ ਸਕਦੇ ਹਾਂ ਕਿ ਕੈਨਡਾ ਗਵਰਨਮੈਂਟ ਵਾਸਤੇ ਹੈਗਾ ਕਿ ਇੰਨੇ ਜਾਣੇ ਨੇ ਫਿਲਹਾਲ ਵੇਟ ਕਰ ਰਹੇ ਨੇ ਬਹੁਤ ਜ਼ਿਆਦਾ ਫਾਈਲਸ ਨੇ ਇਡੀਆਂ ਉਹ 2020 ਦੀਆਂ ਨੇ ਹੀ 2020 ਦੀਆਂ ਫਾਈਲਸ ਹੀ ਨੇ ਜੋ ਖਾਸ ਕਰਕੇ ਬੈਕਲੌਗ ਦੇ ਵਿੱਚ ਫਸੀਆਂ ਹੋਈਆਂ ਨੇ ਗਿਆ ਦੂਸਰੀਆਂ ਫਾਈਲਸ ਨੇ ਜਿਹੜੀਆਂ ਮੰਨ ਲਓ ਕਿ 2021 ਦੀਆਂ ਨੇ ਉਹਦੇ ਕੁਝ ਰਿਜ਼ਲਟ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਅਪ੍ਰੈਲ ਵਾਲਿਆਂ ਦੇ ਜਨਵਰੀ ਵਾਲਿਆਂ ਦੇ ਬਟ ਬਹੁਤ ਸਾਰੀਆਂ ਫਾਈਲ ਨੇ ਜਿਹੜੀਆਂ 2021 ਦੀਆਂ ਮੈਨੇ ਬੜ ਜਾ ਕੇ ਆਪਾਂ ਬੈਕਲੌਗ ਦੇਖੇ ਤਾਂ ਬੈਕਲੌਗ 2020 ਫਾਈਲਸ ਦਾ ਬਹੁਤ ਜ਼ਿਆਦਾ ਹੈਗਾਗਾ ਤੇ ਨੈਕਸਟ ਆਪਾਂ ਗੱਲ ਕਰਦੇ ਹਾਂ ਕਿਉਂਕਿ ਆਫੀਸ਼ੀਅਲੀ ਟਵੀਟ ਆਏ ਸੀਗੇ ਕੈਨੇਡਾ ਐਂਡ ਇੰਡੀਆ ਦੇ ਲਾਸਟ ਟਾਈਮ ਜੋ ਕਾਫੀ ਟਾਈਮ ਜਿਹੜਾ ਹੋ ਚੁੱਕਾ ਹੈਗਾ ਉਸ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਸੀਗਾ ਕਾਫੀ ਬਾਰੇ ਕਹਿੰਦੇ ਨੇ ਪੁੱਛਦੇ ਨੇ ਮੈਨੂੰ ਕਿ ਉਹਨਾਂ ਨੇ ਕੋਈ ਅਪਡੇਟ ਹੈ ਜਿਹੜਾ ਦਿੱਤਾ ਸੀਗਾ ਆਪਾਂ ਨੂੰ ਜਾਂ ਨਹੀਂ ਦਿੱਤਾ ਸੀਗਾ ਤੁਸੀਂ ਜਿਹੜਾ ਸਕਰੀਨ ਦੇ ਉੱਤੇ ਉਹਨਾਂ ਦਾ ਜਿਹੜਾ ਅਪਡੇਟ ਆ ਉਹ ਤੁਸੀਂ ਦੇਖ ਸਕਦੇ ਹੋਗੇ ਜਿਸ ਦੇ ਵਿੱਚ ਇਹਨਾਂ ਨੇ ਮੈਸਨ ਦਿਖਾ ਦਿੰਨਾ ਪਿਕਚਰ ਦੇ ਵਿੱਚ ਉਹਨਾਂ ਨੇ ਸਪੈਸ਼ਲ ਜਿਉ ਲਿਖਿਆ ਹੋਇਆ ਹੈਗਾ ਉਹਨੇ ਲਿਖਾਇਆ ਕਿ ਫਾਰ ਆਲ ਅਦਰ ਵਰਕ ਪਰਮਿਟ ਅਪਲੀਕੇਸ਼ਨ ਇਨਕਲੂਡਿੰਗ ਸਪਾਊਸਲ ਓਪਨ ਪਰਮਿਟ ਐਂਡ ਜੀਐਸਐਸ ਅਪਲੀਕੇਸ਼ਨਸ ਮੇਡ ਵਿਦਆਊਟ ਆ ਮੈਡੀਕਲ ਰਿਪੋਰਟ 서ਬਮਿਟਡ ਇਨ ਐਡਵਾਂਸ ਅਪਲੀਕੇਸ਼ਨਸ ਹਰ ਰੀਸੀਵ ਇਨ ਅਗਸਟ 2020 ਆਰ ਕੰਟਿਨਲੀ ਬੀਇੰਗ ਪ੍ਰੋਸੈਸਡ ਉਹਨੇ ਕਿਹਾ ਸੀਗਾ ਕਿ ਇਸ ਟਾਈਮ ਦੇ ਉੱਤੇ ਜਿਹੜੀਆਂ ਅਗਸਟ ਦੇ ਵਿੱਚ ਫਾਈਲਾਂ ਲੱਗੀਆਂ ਨੇ ਅਸੀਂ ਉਹਨਾਂ ਨੂੰ ਇਹ ਜਿਹੜਾ ਪ੍ਰੋਸੈਸ ਕਰ ਰਹੇ ਆਂਗੇ ਦੂਸਰੀਆਂ ਫਾਈਲਾਂ ਦੇ ਉੱਤੇ ਜਿਹੜਾ ਵਰਕ ਹੈ ਫਿਲਹਾਲ ਨਹੀਂ ਚੱਲ ਰਿਹਾ ਹੈਗਾ ਤਾਂ ਆਪਾਂ ਕਹਿ ਸਕਦੇ ਆਂ ਕਿ ਉਹਨਾਂ ਨੇ ਇਹ ਚੀਜ਼ ਹੀ ਕਹੀ ਹੈਗੀ 2021 ਦੀਆਂ ਫ ਤਾਂ ਉਸ ਨੂੰ ਦੱਸ ਦਵਾਂ ਅੱਜ ਦੇ ਟਾਈਮ ਦੇ ਵਿੱਚ ਹੁਣ ਤੱਕ ਜਿੰਨੇ ਵੀ ਰਿਜ਼ਲਟ ਦੇਖਨੇ ਸਭ ਤੋਂ ਬਾਅਦ ਰਿਜ਼ਲਟ ਮੈਂ ਅਗਸਤ 2020 ਦੇ ਹੀ ਦੇਖਣਗੇ ਬਹੁਤ ਸਾਰੇ ਕੈਂਡੀਡੇਟ ਨੇ ਜਿਨ੍ਹਾਂ ਨੂੰ ਉਹਨਾਂ ਦੇ ਅਗਸਤ 2020 ਦੇ ਜਿਹੜੇ ਰਿਜ਼ਲਟ ਨੇ ਮਿਲ ਚੁੱਕੇ ਨੇ ਬਾਕੀ ਐਪਲੀਕੇਸ਼ਨ ਦੇ ਵੀ ਉਹਨਾਂ ਨੇ ਅਪਡੇਟ ਦਿੱਤਾ ਸੀ ਬਟ ਇਸ ਇਸ ਅਪਡੇਟ ਤੋਂ ਬਾਅਦ ਉਹਨਾਂ ਦਾ ਕੋਈ ਵੀ ਜਿਹੜਾ ਅਪਡੇਟ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਹੈਗਾ ਕੋਈ ਵੀ ਇਹ ਹਜ਼ਾਰ ਰਿਸਪੌਂਸ ਦੇਖਣ ਨੂੰ ਨਹੀਂ ਮਿਲਿਆ ਹੈਗਾ ਕਿਉਂ ਆਪਾਂ ਨੂੰ ਕਹਿੰਦੇ ਹੁਣ ਕਿ ਹਾਂਜੀ ਹੁਣ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਤੁਹਾਡੇ ਰਿਪੋਰਟ ਨੇ ਉਹਨੂੰ ਜਿਹੜੇ ਜਲ ਤੋਂ ਜਲਦ ਜਿਹੜੇ ਰਿਸਿਵ ਹੋ ਜਾਣਗੇ ਤਾਂ ਇਹ ਲਈ ਸਾਡੇ ਲਈ ਇੱਕ ਬਹੁਤ ਪ੍ਰੋਬਲਮ ਖੜੀ ਕਰਨ ਵਾਲਾ ਕੰਮ ਆਗਾ ਤੇ ਕੁਝ ਜੋ ਜੀਐਸਐਸ ਦੀਆਂ ਐਪਲੀਕੇਸ਼ਨਸ ਨੇ ਉਹ ਜਨੂਅਰੀ 2021 ਦੀਆਂ ਜਿਹੜੀਆਂ ਉਹ ਪ੍ਰੋਸੈਸ ਕਰ ਰਹੇ ਨੇ ਜਦੋਂ ਕਿ ਉਹਨਾਂ ਦੀਆਂ ਕੁਝ ਫਾਈਲਾਂ ਨੇ ਜਿਹੜੀਆਂ ਉਹ 2020 ਦੇ ਵਿੱਚ ਲੱਗੀਆਂ ਲ ਜਿਹੜਾ ਇਹ ਵਰਕ ਕਰ ਰਹੇ ਨੇ ਬਹੁਤ ਜ਼ਿਆਦਾ ਜਿਹੜੀ ਆਪਾਂ ਨੂੰ ਪ੍ਰੋਬਲਮ ਫੇਸ ਕਰਨੇ ਪੈ ਰਹੀ ਹੈ ਕਿਉਂਕਿ ਹੁੰਦੇ ਟਾਈਮ ਦੇ ਉੱਤੇ ਲਗਭਗ ਸਭ ਨੇ ਵੈਕਸੀਨੇਸ਼ਨ ਜਿਹੜੀ ਕਰਵਾ ਲਈ ਹੈਗੀ ਤੇ ਜਿਹੜਾ ਯੂਕੇ ਆ ਉਹ ਵੀ ਜਿਹੜੀਆਂ ਫਲਾਈਟਸ ਨੇ ਅੰਮ੍ਰਿਤਸਰ ਤੋਂ ਡਾਇਰੈਕਟ ਉਹ ਵੀ ਓਪਨ ਕਰਨ ਜਾ ਰਿਹਾ ਤੇ ਕੈਨੇਡਾ ਦਾ ਰਿਸਪੌਂਸ ਆਪਾਂ ਨੂੰ ਫਿਲਕਾ ਬਿਲਕੁਲ ਵੀ ਜਿਹੜਾ ਮਿਲ ਨਹੀਂ ਰਿਹਾ ਹੈਗਾ ਕਿਉਂਕਿ ਕੈਨੇਡਾ ਦੇ ਵਿੱਚ ਹੀ ਸਭ ਤੋਂ ਵੱਧ ਆਪਾਂ ਜਾਣਦੇ ਆ ਕੈਨੇਡਾ ਦੇ ਵਿੱਚ ਹੀ ਸਭ ਤੋਂ ਵੱਡੇ ਇਮੀਗ੍ਰੈਂਟ ਜਾਂਦੇ ਨੇ ਸਭ ਤੋਂ ਵੱਧ ਇਨਵੈਸਟ ਹੈ ਜਿਹੜਾ ਆਪਾਂ ਕਰਦੇ ਆ ਤੇ ਉੱਥੇ ਹੀ ਆਪਾਂ ਨੂੰ ਇਹ ਨੈਗੇਟਿਵ ਜਿਹੀਆਂ ਚੀਜ਼ਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਕਿ ਆ ਬਾਕੀ ਤੁਸੀਂ ਟੈਨਸ਼ਨ ਨਾ ਲਓ ਕੋਈ ਵੀ ਪੋਜ਼ਿਟਿਵ ਅਪਡੇਟ ਆਊਗਾ ਕੋਈ ਵੀ ਨੈਗੇਟਿਵ ਅਪਡੇਟ ਹੋਊਗਾ ਉਹਦਰ ਸੋਡਣਾ ਸ਼ੇਅਰ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਜੋ ਤੁਹਾਨੂੰ ਉਹਦੇ ਨਾਲ ਆਈਡੀਆ ਹੋ ਸਕੇ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਕੀ ਕੁਝ ਹੈ ਜਿਹੜਾ ਕੈਨੇਡਾ ਗਵਰਨਮੈਂਟ ਵੱਲੋਂ ਦੇਖਣ ਨੂੰ ਮਿਲ ਸਕਦਾ ਹੈਗਾ ਤਾਂ ਆਦੀ ਵੀਡੀਓ ਸੋਡਣਾ ਇਹੀ ਸ਼ੇਅਰ ਕਰਨਾ Thank you